ਰਾਜਨੀਤੀ ਭਾਗ ਗਈ ਹੈ, ਤੁਸੀਂ ਕਿਸ ਤਰ੍ਹਾਂ ਦੇਖਦੇ ਜਿਹੜੇ ਈਵੀਐਮ ਤੇ ਸਵਾਲ ਚੱਕੇ ਨੇ ਉਹਨਾਂ ਨੇ? ਦੇਖੋ ਮੈਂ ਸਮਝਦਾ ਜਸਦਾਰ ਸਾਹਿਬ ਐਸੀ ਪੋਜੀਸ਼ਨ ਤੇ ਬੈਠੇ ਹੈ, ਭਾਵੇਂ ਉਹ ਪੱਕੇ ਨਹੀਂ ਹੈ ਚਾਹੇ ਐਡਹੋਕ ਹੈ, ਲੇਕਿਨ ਉਹਨਾਂ ਦਾ ਪੋਲੀਟੀਕਲ ਸਪੀਚ ਕਰਨੀ ਮੁਨਾਸਿਬ ਨਹੀਂ ਸੀ, ਔਰ ਉਹ ਹਰ ਸਿੱਖ ਨੇ ਉਹਨੂੰ ਬੁਰਾ ਮੰਨਿਆ ਕਿ ਪੋਲੀਟੀਕਲ ਸਪੀਚ ਜਸਦਾਰ ਸਾਹਿਬ ਵੱਲੋਂ ਹੋਣੀ ਮੁਨਾਸਿਬ ਨਹੀਂ ਹੁੰਦੀ, ਕਦੇ ਵੀ ਨਹੀਂ ਹੁੰਦੀ ਹੋ ਸਕਦੀ। ਨਹੀਂ, ਮੈਂ ਤਾਂ ਪਹਿਲਾਂ ਕਿਹਾ ਵੀ ਸਬੂਤ ਦੇਣਾ ਚਾਹੀਦਾ, ਸਬੂਤ ਤੋਂ ਬਿਨਾਂ ਕੋਈ ਗੱਲ ਕਿਸੇ 'ਤੇ ਇਲਜ਼ਾਮ ਲਾਉਣਾ ਮੁਨਾਸਿਬ ਨਹੀਂ ਹੁੰਦਾ। ਅਗਰ ਜਿਹੜੀ ਹੈਗੀ ਤਾਂ ਅਗਰ ਉਹਨਾਂ ਕੋਲ ਕੋਈ ਸਬੂਤ ਤਾਂ ਪੇਸ਼ ਕਰ ਦੇਣ ਉਹਨਾਂ ਚਾਹੀਦਾ ਸੀ। ਸੁਖਬੀਰ ਬਾਦਲ ਵੀ ਕਹਿ ਰਹੇ ਨੇ ਕਿ ਹਾਂਜੀ ਈਵੀਐਮ ਦਾ ਹੋਇਆ, ਬਿਹਾਰ 'ਚ ਵੀ ਹੋਇਆ, ਪਰ 10 ਸਾਲ ਉਹਨਾਂ ਦੀ ਸਰਕਾਰ ਰਹੀ ਨਾ, 10 ਸਾਲ ਵੀ ਰਹੀ ਅਤੇ ਹੁਣ ਵੀ ਉਹ ਦੋ ਹਸਬੈਂਡ ਵਾਈਫ ਮੈਂਬਰ ਬਣੇ ਨੇ, ਉਹ ਵੀ ਮਸ਼ੀਨਾਂ 'ਚੋਂ ਨਿਕਲੇ ਨੇ, ਈਵੀਐਮ 'ਚੋਂ ਨਿਕਲੇ ਨੇ, ਅਤੇ ਫਿਰ ਇਹਦਾ ਮਤਲਬ ਇਹ ਹੈ ਕਿ ਉਹ ਵੀ ਈਵੀਐਮ ਨੇ ਜਿਤਾਏ ਨੇ, ਕਿਉਂਕਿ ਉਦੋਂ ਪਾਰਟੀ ਦੇ ਨਾਲ ਸੀ ਉਹ, ਅਤੇ ਜਦ ਉਹ ਵੀ ਮੰਨਣ ਕਿ ਹਾਂ ਅਸੀਂ ਵੀ ਉਸੇ 'ਚੋਂ ਨਿਕਲੇ, ਅਸੀਂ ਵੀ ਉਹ ਉਸੇ ਤਰ੍ਹਾਂ ਜਿੱਤੇ ਹੋਏ ਹਾਂ, ਅਤੇ ਫਿਰ ਉਹ ਆਪਣੀ ਆਪਣੀ ਗੱਲ ਕਿਉਂ ਨਹੀਂ ਕਰਦੇ? ਜੋ ਇਨਸਾਫ ਪਸੰਦ ਲੋਕ ਨੇ, ਜੋ ਇਮਾਨਦਾਰ ਨੇ, ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਲੰਘਾਈ ਹੈ, ਉਹ ਕੋਈ ਵੀ ਇਹਨਾਂ ਨਾਲ ਨਹੀਂ ਰਹਿ ਸਕਦਾ। ਜਿਸ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ 'ਚ ਜਿਸ ਤਰ੍ਹਾਂ ਦੇ ਸਕੈਂਡਲ ਹੋਏ ਨੇ, ਉਹਦੇ 'ਚ ਕਿਤੇ ਨਹੀਂ ਹੋ ਸਕਦਾ ਵੀ ਉਹਦੇ ਨਾਲ ਕੋਈ ਰਹੇ। ਮੈਂ ਉਹਨਾਂ ਨੂੰ ਵੈਲਕਮ ਕਰਦਾ, ਔਰ ਉਹਨਾਂ ਨੇ ਇੱਕ ਰਸਤਾ ਦੱਸਿਆ ਬਾਕੀਆਂ ਨੂੰ ਵੀ, ਹੋਰ ਵੀ ਹੈ ਬੰਦੇ, ਉਹਨਾਂ ਨੇ ਵੀ ਛੱਡਣੀ ਹੈ। ਮੇਰਾ ਖਿਆਲ ਹੈ ਵੀ ਇਨਸਾਫ ਪਸੰਦ ਲੋਕ ਨੇ ਜਿਹੜੇ, ਜਿਨ੍ਹਾਂ ਜਿਹੜੇ ਜ਼ਮੀਰ ਵਾਲੇ ਨੇ, ਉਹ ਕੋਈ ਨਹੀਂ ਰਹਿ ਸਕਦੇ। ਮੈਂ ਸਮਝਦਾ ਹੋਰ ਵੀ ਬੜੇ ਆਉਣਗੇ, ਔਰ ਉਹਨਾਂ ਦੇ ਵੈਲਕਮ ਵੀ ਕਰਦਾ, ਜੀਆਂ ਨੂੰ ਕਹਿਣਾ, ਔਰ ਮੈਂ ਸਮਝਦਾ ਕਿ ਅਸੀਂ ਇੱਕ ਸਿਧਾਂਤ ਦੀ ਲੜਾਈ ਲੜ ਰਹੇ ਹਾਂ, ਉਹ ਮੇਰਾ ਸਾਥ ਵੀ ਸਾਡਾ ਸਾਥ ਦੇਣਗੇ। 26 ਤਰੀਕ ਸਾਡੀ ਪਾਰਟੀ 26 ਤਾਰੀਖ ਵਾਲੀ ਕਿਸਾਨਾਂ ਦੇ ਪਹਿਲੇ ਦਿਨ ਤੋਂ ਫਰੋਮ ਦੀ ਡੇ 1 ਅਸੀਂ ਉਹਨਾਂ ਦੀ ਸਪੋਰਟ ਕਰ ਰਹੇ ਹਾਂ। ਇਸ ਕਰਕੇ ਕਿਉਂ ਕਰ ਰਹੇ ਹਾਂ, ਕਿਉਂਕਿ ਉਹ ਸਿਧਾਂਤ ਨੇ। ਮੈਂ ਇਹ ਵੀ ਕਹੂੰਗਾ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਦਾ ਸਰਟੀਫਾਈ ਕਰੋ, ਉਹਨਾਂ ਨੂੰ ਉਹਨਾਂ ਦੇ ਬਿਨਾਂ ਚੱਲਿਆ ਕੋਈ ਚੰਗੀ ਗੱਲ ਨਹੀਂ ਹੈ। ਕਿਸਾਨਾਂ ਨੇ ਬਹੁਤ ਵੱਡੇ ਪੰਜਾਬ ਦੇ ਕਿਸਾਨ ਨੇ ਅੰਨ ਭੰਡਾਰ ਭਰੇ ਸੀਗੇ, ਉਦੋਂ ਭਰੇ ਜਦੋਂ ਇਸ ਦੇਸ਼ ਨੂੰ ਅਨਾਜ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਅਤੇ ਇਸ ਕਰਕੇ ਉਹ ਕਿਉਂ ਨਹੀਂ ਹੁਣ ਉਹਨਾਂ ਹੀ ਕਿਸਾਨਾਂ ਨੂੰ ਜ਼ਲੀਲ ਕਰ ਰਹੇ ਨੇ। ਸਾਰੇ ਇਕੱਠੇ ਹੋ ਕੇ ਬੈਠ ਕੇ ਉਹਨਾਂ ਨਾਲ ਮੀਟਿੰਗਾਂ 'ਚ ਕਾਮਯਾਬੀ ਹੋਣਾ ਚਾਹੀਦਾ। ਬੀਜੇਪੀ ਦੀ ਗੱਲ ਕਰੀਏ ਤਾਂ ਦਫ਼ਤਰ ਆਪਣੇ ਖੋਲ੍ਹ ਰਹੀ ਹੈ, ਖਾਸ ਕਰ ਅਕਾਲੀਆਂ ਦੇ ਗੜ੍ਹ ਦੇ ਵਿੱਚ ਦਫ਼ਤਰ ਖੋਲ੍ਹੇ ਜਾ ਰਹੇ, ਜਿੱਥੇ ਕਦੇ ਚੋਣਾਂ ਵੀ ਨਹੀਂ ਲੜੇ, ਤੁਹਾਡੇ ਸੰਗਰੂਰ 'ਚ ਵੀ ਖੋਲ੍ਹਿਆ ਜਾ ਰਿਹਾ, ਤੁਹਾਡਾ ਪੂਰਾ ਕੀ ਕਹਿਣਾ ਇਸ ਪੂਰੇ ਮਾਮਲੇ? ਦੇਖੋ, ਇਹ ਤਾਂ ਉਹਨਾਂ ਨੇ ਕਲੀਅਰ ਵੀ ਕਰਤਾ ਕਿ ਅਸੀਂ ਤਾਂ 117 ਦੀ 117 ਸੀਟਾਂ 'ਤੇ ਲੜਾਂਗੇ। ਇਸ ਕਰਕੇ ਡੈਮੋਕ੍ਰੈਟਿਕ ਕੰਟਰੀ ਆ, ਕਿਸੇ ਨੂੰ ਵੀ ਹੱਕ ਹੈ, ਖੋਲ੍ਹ ਸਕਦੇ, ਖੋਲ੍ਹਣ ਦਿਓ, ਡੈਟ ਟਾਈਮ ਖੋਲ੍ਹੋ। ਕਿਸੇ ਵੀ ਖੁੱਲ੍ਹੇ, ਸਾਰੇ 117 'ਚ ਹੀ ਖੋਲ੍ਹਣਗੇ ਉਹ। ਨਹੀਂ ਨਹੀਂ ਕੋਈ ਗੱਲ ਨਹੀਂ, ਅਸੀਂ ਤਾਂ ਸਾਡੇ ਬੰਦੇ ਨਹੀਂ ਕੋਈ ਜਾਊਗਾ ਬੀਜੇਪੀ ਨਾਲ। ਪੰਜਾਬ 'ਚ ਜਿਹੜਾ ਕਿਸਾਨ ਅੰਦੋਲਨ ਜਾਰੀ ਹੈ ਅਤੇ ਕਿਸਾਨਾਂ ਨੇ ਕੇਂਦਰ ਸਾਹਮਣੇ ਆਪਣੀ ਮੰਗ ਰੱਖੀ ਸੀਗੀ, ਪਰ ਕੁਛ ਨਿਕਲ ਕੇ ਸਾਹਮਣੇ ਨਹੀਂ ਆਇਆ, ਇਹਦੇ ਤੁਹਾਡਾ ਕੀ ਕਹਿਣਾ? ਦੇਖੋ, ਮੈਂ ਸਮਝਦਾ ਕਿ ਸੈਂਟਰ ਨੂੰ ਨਿਬੇੜਨਾ ਚਾਹੀਦਾ, ਸੈਂਟਰ ਨੂੰ ਕਿਸਾਨਾਂ ਦੇ ਸੈਟਿਸਫੈਕਸ਼ਨ ਜਿੰਨੀ ਚਿਰ ਨਹੀਂ ਹੁੰਦੀ ਪੰਜਾਬ ਦੇ ਹਾਲਾਤ ਠੀਕ ਨਹੀਂ ਹੁੰਦੇ। ਔਰ ਪੰਜਾਬ ਬੜੀ ਸੈਂਸਿਟਿਵ ਸਟੇਟ ਹੈ, ਪੰਜਾਬ ਬਾਰਡਰ ਸਟੇਟ ਹੈ, ਪੰਜਾਬ ਨੇ ਬਹੁਤ ਵੱਡਾ ਦੇਸ਼ ਨੂੰ ਦਿੱਤਾ, ਚਾਹੇ ਆਜ਼ਾਦੀ ਦੀ ਜੰਗ ਹੋਵੇ, ਚਾਹੇ ਬਾਅਦ 'ਚ ਪਾਕਿਸਤਾਨ ਨਾਲ ਅਤੇ ਚਾਈਨਾ ਨਾਲ ਜੰਗਾਂ ਲੱਗੀਆਂ, ਚਾਹੇ ਐਮਰਜੈਂਸੀ ਦੀ ਲੜਾਈ ਹੋਈ, ਚਾਹੇ 1984 ਦਾ ਦੁੱਖ ਪੋ ਗਿਆ, ਅਤੇ ਸਾਰਾ ਕੁਛ ਪੰਜਾਬ ਨੇ ਆਪਣੇ ਪਿੰਡੇ 'ਤੇ ਹੰਡਾਇਆ। ਇਸ ਕਰਕੇ ਅੱਜ ਪੰਜਾਬ ਦੇ ਕਿਸਾਨ ਨੂੰ ਔਰ ਪੰਜਾਬ ਨੂੰ, ਪੰਜਾਬ ਦੇ ਕਿਸਾਨ ਕਿਉਂਕਿ ਹੈ ਹੀ ਐਗਰੇਰੀਅਨ ਸਟੇਟ, ਅਤੇ ਉਹਨਾਂ ਨੂੰ ਸੈਟਿਸਫਾਈ ਕਰਨਾ, ਉਹਨਾਂ ਦੇ ਮਤਲਬ ਦੇ ਮੁਤਾਬਕ ਐਕਟ ਬਣਾਉਣੇ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਚਾਹੀਦਾ ਵੀ ਹੈ। ਮੈਂ ਸਮਝਦਾ 1-2 ਮੀਟਿੰਗਾਂ 'ਚ ਉਹਨਾਂ ਦਾ ਨਿਬੜ ਜਾਣਾ ਚਾਹੀਦਾ। ਇਹਦੇ ਨਾਲ ਗੱਲ ਕਰੀ, ਕੈਪਟਨ ਅਮਰਿੰਦਰ ਸਿੰਘ ਨੇ ਰਾਤ ਨੂੰ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤਾ, ਉਹਦੇ ਵਿੱਚ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਹੈ ਕਿ ਜਿਹੜੇ ਕਿਸਾਨ ਨੇ ਉਹ ਆਪਣੀ ਗੱਲ 'ਤੇ ਅੜੇ ਹੋਏ ਨੇ, ਉਹ ਟਰੈਕ ਖਾਲੀ ਨਹੀਂ ਕਰ ਰਹੇ ਨੇ, ਇਹ ਕੈਪਟਨ ਸਾਹਿਬ ਦਾ ਕਹਿਣਾ।
नहीं होता किसान ने कहा असी ट्रैक खाली करते, लेकिन उन्होंने कहा भी असी सिर्फ माल गड्डिया चलावे पैसेंजर गड्डिया अलाउ नहीं करा। ये उन्होंने जो मैं देखे मैं समझिया तो उन्होंने ये है कि ट्रैक उन्होंने खाली कर दते। पता नहीं हूँ कैप्टन साहब पहले तो कहते खाली हो गए, हूँ कहते नहीं हो पता है तो कैप्टन साहब ही जानते हैं। बाकी महीना हो गया गवर्नर को जरा मता पास करके दिता ही, गवर्नर ने साइन नहीं किए इस पूरे मामले पर। एक समझो कैप्टन साहब ने असैम्बली बोलदिया भी गल कही सी कि मैंने पता है बिल पास नहीं होना साढ़ा क्योंकि राष्ट्रपति को जाना, पर अज तक गवर्नर ने राष्ट्रपति को भी नहीं भेजा, वो तो रिकमेंड करके भेजना उन्होंने, करना तो राष्ट्रपति साहब ने। इस करके मैं समझा कि उन्होंने पास होना भी नहीं है क्योंकि राष्ट्रपति ने कोई कैबिनेट की मंजूरी तो बिना नहीं कर सकना। आखिरी सवाल है सर, पैसों के हेर फेर के मामले के विच कैप्टन साहब के मुंडे की पेशी ईडी मूहरे हो रही है, लगता कि वो भी देखो वो बारे तो मैं बहुत कुछ कह नहीं सकता क्योंकि जरा वो तो जो वे कुछ साबित होगी ता ही है, पहला किसी के खिलाफ मैं बोलना ठीक नहीं, मुनासिब नहीं होएगा।